ਸੰਗਤ ਜੀ, 22 ਨੂੰ ਵਰਲਡ ਮਦਰ ਅਰਥ ਡੇ ਹੈ, ਬਟ ਅਸੀਂ ਸੰਡੇ ਨੂੰ ਮਨਾ ਰਹੇ ਹਾਂ ਔਰ ਸਵੇਰੇ ਲਗਭਗ 8:30-9 ਵਜੇ ਇਕੱਠੇ ਹੋ ਕੇ 200 ਬੂਟੇ ਲਾਉਣ ਲੱਗੇ ਹਾਂ, 200 ਦਰਖਤ ਲਾਉਣ ਲੱਗੇ ਹਾਂ। ਸੋ ਤੁਹਾਡੇ ਸਹਿਯੋਗ ਦੀ ਲੋੜ ਹੈ। ਖਰੜ ਮਦਨ ਹੇੜੀ ਸੈਂਟਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ, ਇੱਥੇ ਵੀ ਇਸ ਟਾਈਮ ਭੈਣਾਂ ਹੁਣੀ ਨਾਲ ਸਹਿਯੋਗ ਕਰ ਰਹੇ ਨੇ। ਉਸ ਤੋਂ ਇਲਾਵਾ ਟੀਮ ਇਕੱਠੀ ਹੋਣਗੀ, ਬਹੁਤ ਸਾਰੇ ਵੀਰ ਭੈਣ ਇਕੱਠੇ ਹੋ ਰਹੇ, ਕਰੀਬਨ 70 ਤੋਂ 80, ਔਰ 200 ਬੂਟੇ ਲਗਾਏ ਜਾਣਗੇ। ਉਹਦੇ ਲਈ ਰਿਫਰੈਸ਼ਮੈਂਟ ਲਈ, ਲੰਚ ਲਈ, ਬ੍ਰੇਕਫਾਸਟ ਲਈ ਤਿਆਰੀ ਕਰ ਰਹੇ ਹਾਂ, ਸਾਰੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਕਰ ਰਹੇ ਹਾਂ। ਸੋ ਤੁਹਾਨੂੰ ਬੇਨਤੀ ਹੈ, ਗੁਜ਼ਾਰਿਸ਼ ਹੈ, ਤੁਸੀਂ ਪਲੀਜ਼ ਨਾਲ ਜੁੜੋ। ਸਾਡਾ ਫਰਜ਼ ਬਣਦਾ ਹੈ, ਸਾਡੀ ਗੱਡੀਆਂ ਸ਼ਹਿਰ ਦੇ ਵਿੱਚ ਪੋਲਿਊਸ਼ਨ ਕਰਦੀਆਂ ਨੇ, ਸਾਡਾ ਫਰਜ਼ ਬਣਦਾ ਹੈ ਇਨਵਾਇਰਮੈਂਟ ਨੂੰ ਵਾਪਸ ਆਕਸੀਜਨ ਦੇਣਾ। ਤਾਂ ਨਾ ਤਾਂ ਤੁਸੀਂ ਬਿਲਕੁਲ ਜ਼ਰੂਰ ਸਹਿਯੋਗ ਕਰੋ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਕਰੋ, ਚਾਹੇ ਫਿਜ਼ੀਕਲੀ ਪਾਰਟੀਸਪੇਟ ਕਰੋ, ਚਾਹੇ ਮੋਨਟਰੀ ਟਰਮਸ ਰਿਫਰੈਸ਼ਮੈਂਟ ਸਪੋਂਸਰ ਕਰ ਦਿਓ, ਇਹ ਬਹੁਤ ਜ਼ਰੂਰੀ ਹੈ, ਹੈ ਨਾ। ਔਰ ਚਾਹੇ ਤੁਸੀਂ ਆ ਕੇ ਜ਼ਰੂਰ ਪਾਰਟੀਸਪੇਟ ਕਰੋ, ਬਹੁਤ ਜ਼ਿਆਦਾ ਚੰਗਾ ਰਹੇਗਾ। 200 ਬੂਟੇ ਲਾ ਰਹੇ ਹੈ, ਸਾਡਾ ਔਰ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸਮਾਜ 'ਚ ਕੁਝ ਵਾਪਸ ਦੇਣ ਦਾ। ਸਾਡੀ ਗੱਡੀਆਂ ਪੋਲਿਊਸ਼ਨ ਕਰਦੀਆਂ ਨੇ, ਆਪਣੀ ਅਗਲੀ ਜਨਰੇਸ਼ਨ ਨੂੰ ਦਰਖਤ, ਗਰੀਨਰੀ, ਹੈ ਨਾ, ਆਕਸੀਜਨ ਅਸੀਂ ਦੇ ਕੇ ਜਾਣੀਆਂ ਨੇ। ਆਪ ਸੋਚਣਾ ਤੁਸੀਂ ਕਿਆ ਇਸ ਹਿਊਮੈਨੀਟੇਰੀਅਨ ਕੌਜ਼ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਆ ਤੁਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਪਿਆਰ ਕਰਦੇ ਹੋ? ਜੇ ਕਰਦੇ ਹੋ ਤਾਂ 200 ਦਰਖਤ ਲਾਉਣ ਲਈ ਜ਼ਰੂਰ ਆਇਓ, ਕੰਟੈਕਟ ਤੁਸੀਂ ਜਾਣਦੇ ਹੀ ਹੋ।